ਦੀ ਰੱਖਿਆ ਕਰਨ ਵਾਸਤੇ ਮਜਲੂਮਾਂ ਤੇ ਜੋ ਉਸ ਸਮੇਂ ਕਹਿਰ ਹੋ ਰਿਹਾ ਸੀ ਉਹਨਾਂ ਨੂੰ ਰੋਕਣ ਵਾਸਤੇ ਇਸ ਧਰਮ ਦਾ ਗਠਨ ਕੀਤਾ ਉਸ ਧਰਮ ਨੂੰ ਅੱਜ ਆਪਣੇ ਹੀ ਸਥਾਨ ਲੈਣ ਲਈ ਇੰਨਾ ਸੰਘਰਸ਼ ਕਰਨਾ ਪੈ ਰਿਹਾ ਹੈ ਔਰ ਆਪਣੇ ਹੀ ਦੇਸ਼ ਵਿੱਚ ਕਿੰਨੀ ਸ਼ਰਮ ਦੀ ਗੱਲ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਾਰੇ ਹੀ ਹਿੰਦ ਦੀ ਚਾਦਰ ਆਖਦੇ ਨੇ ਹਿੰਦ ਦੀ ਚਾਦਰ ਹਿੰਦੁਸਤਾਨ ਦੀ ਚਾਦਰ ਜਿਨ੍ਹਾਂ ਨੇ ਹਿੰਦੁਸਤਾਨ ਦੀ ਰੱਖਿਆ ਕੀਤੀ ਉਹਨਾਂ ਵਾਸਤੇ ਹੀ ਉਹਨਾਂ ਗੁਰੂਆਂ ਵਾਸਤੇ ਹੀ ਸਾਨੂੰ ਸਥਾਨ ਲੈਣ ਵਾਸਤੇ ਸੰਘਰਸ਼ ਕਰਨਾ ਪੈ ਰਿਹਾ ਹੈ ਕਿੰਨੀ ਸ਼ਰਮ ਦੀ ਗੱਲ ਹੈ ਤੇ ਸਾਨੂੰ ਕੁਝ ਲੋਕ ਕਹਿੰਦੇ ਨੇ ਕਿ ਤੁਸੀਂ ਲਖਨਊ ਜਾਓ ਤੁਸੀਂ ਉਹਨਾਂ ਕੋਲ ਜਾਓ ਉਸ ਮੁੱਖ ਮੰਤਰੀ ਨੂੰ ਮਿਲੋ ਕਿ ਤੁਹਾਡਾ ਕੰਮ ਹੋ ਜਾਏਗਾ ਅਸੀਂ ਕਿਉਂ ਜਾਈਏ ਅਸੀਂ ਉੱਤਰਾਖੰਡ 'ਚ ਬੈਠੇ ਹਾਂ ਕਿ ਸਰਕਾਰਾਂ ਆਪਸ ਵਿੱਚ ਗੱਲ ਕਰਕੇ ਸਾਨੂੰ ਨਹੀਂ ਦੇ ਸਕਦੀਆਂ ਅਸੀਂ ਕਿਉਂ ਜਾਈਏ ਉਹਨਾਂ ਕੋਲ ਉੱਥੇ ਜਾ ਕੇ ਤਰਲੇ ਪਾਈਏ ਉਹਨਾਂ ਕੋਲ ਉਹ ਆਪ ਨਹੀਂ ਦੇ ਸਕਦੇਗੇ ਸਭ ਨੂੰ ਪਤਾ ਹੈ ਕਿ ਇਹ ਵਿਸ਼ਾ ਕਿੱਥੇ ਤੱਕ ਪਹੁੰਚ ਗਿਆ ਹੈ ਪੂਰੇ ਵਿਸ਼ਵ ਪੱਧਰ ਤੇ ਇਹ ਵਿਸ਼ਾ ਪਹੁੰਚਿਆ ਹੋਇਆ ਹੈ ਕਿ ਗੁਰਦੁਆਰਾ ਗਿਆਨ ਗੋਦੜੀ ਸਿੱਖ ਸਮਾਜ ਨੂੰ ਦਿੱਤਾ ਜਾਵੇ ਤੇ ਕੁਛ ਸਾਡੇ ਦੇਖੋ ਨੇਤਾ ਲੋਕ ਵੀ ਹੁਣ ਇੱਥੋਂ ਲੰਘ ਰਹੇ ਨੇ ਪਰ ਉਹ ਸੁਣਨਗੇ ਨਹੀਂ ਉਹਨਾਂ ਦੇ ਕੰਨਾਂ ਤੇ ਕੁਛ ਵੀ ਨਹੀਂ ਫਰਕ ਪੈਣਾ ਅਸੀਂ ਮੰਗਾਂ 'ਚ ਲੱਗੇ ਹੋਏ ਹਾਂ ਕਿੰਨੇ ਸ਼ਾਂਤੀਪੂਰਨ ਵਿੱਚ ਢੰਗ ਨਾਲ ਸਿਮਰਨ ਪਾਠ ਹੋ ਰਿਹਾ ਪਰ ਇਹਨਾਂ ਦੇ ਕੰਨਾਂ 'ਚ ਨਾ ਕੋਈ ਅਸਰ ਨਹੀਂ ਪੈ ਰਿਹਾ ਇਸੇ ਕਰਕੇ ਸਾਨੂੰ ਅੱਜ ਇਹ ਰੋਸ਼ ਮਾਰਚ ਕੱਢਣਾ ਪਿਆ ਤੇ ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਿ ਆਪ ਸਾਰੇ ਇੱਥੇ ਰੋਸ਼ ਮਾਰਚ ਵਿੱਚ ਸ਼ਾਮਲ ਹੋਏ ਤੇ ਇੱਦਾਂ ਹੀ ਆਪਾਂ ਜਲਦੀ ਤੋਂ ਜਲਦੀ ਕੁਛ ਇੱਦਾਂ ਦੇ ਉਪਰਾਲੇ ਕਰਾਂਗੇ ਜਿਸ ਨਾਲ ਸਾਨੂੰ ਗੁਰਦੁਆਰਾ ਗਿਆਨ ਗੋਦੜੀ ਹਰ ਕੀ ਪੌੜੀ ਅਤੇ ਇਸ ਸਥਾਨ ਤੇ ਪ੍ਰਾਪਤ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਲੇ ਸੋ ਨਿਹਾਲ ਹੁਣ ਇੱਥੋਂ ਹੀ ਚੌਂਕ ਤੋਂ ਪੂਰਾ ਮੋੜ ਕੇ ਅਸੀਂ ਵਾਪਸੀ ਉਸੇ ਸਥਾਨ ਤੇ ਪਹੁੰਚਣਾ ਸਤਨਾਮ ਵਾਹਿਗੁਰੂ ਦੇ ਜਾਪ ਕਰਦਿਆਂ ਹੋਇਆ ਫਿਰ